ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜੇਤੂ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਦਾ ਦੇਹਾਂਤ। ਹਾਲ ਹੀ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਸਰਦਾਰ ਕਰਮ ਸਿੰਘ ਤੂਰ ਦਾ ਕੈਂਸਰ ਦੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦੇ ਵਸਨੀਕ ਕਰਮ ਸਿੰਘ ਸਾਬਕਾ ਸੈਨਿਕ ਸਨ। ਉਨ੍ਹਾਂ ਦਾ ਲੰਬੇ ਅਰਸੇ ਤੋਂ ਚੰਡੀਗੜ੍ਹ ਸਥਿਤ ਸੈਨਿਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਜਿੱਥੇ ਏਸ਼ੀਅਨ ਖੇਡਾਂ 'ਚੋਂ ਤਗਮਾ ਜਿੱਤ ਕੇ ਆਏ ਭਾਰਤੀ ਖਿਡਾਰੀਆਂ ਦੇ ਘਰਾਂ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਉੱਥੇ ਹੀ ਤੇਜਿੰਦਰਪਾਲ ਸਿੰਘ ਤੂਰ ਦੇ ਘਰ ਪਿਤਾ ਦੀ ਮੌਤ ਦੇ ਕਾਰਨ ਸੋਗ ਦੀ ਲਹਿਰ ਦੌੜ ਗਈ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਅਤੇ ਭਾਰਤੀ ਐਥਲੈਟਿਕ ਟੀਮ ਦੇ ਮੁੱਖ ਕੋਚ ਬਹਾਦਰ ਸਿੰਘ ਚੌਹਾਨ ਨੇ ਸਰਦਾਰ ਕਰਮ ਸਿੰਘ ਤੂਰ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ 'ਤੇ ਤੇਜਿੰਦਰਪਾਲ ਸਿੰਘ ਗੋਲਡ ਮੈਡਲ ਵਿਜੇਤਾ ਅਤੇ ਡਿਪਟੀ ਕਮਿਸ਼ਨਰ ਮੋਗਾ ਦੇ ਦਵਿੰਦਰਪਾਲ ਸਿੰਘ ਨੇ ਕਿਹਾ, ਕੰਪੀਟੀਸ਼ਨ ਵਾਸਤੇ ਮੈਂ ਪਿਛਲੇ 5-6 ਸਾਲ ਤੋਂ ਤਿਆਰੀ ਕਰ ਰਿਹਾ ਜੀ, ਅਤੇ ਉਹਨਾਂ ਨੇ ਮੈਨੂੰ ਕਦੇ ਵੀ ਅਹਿਸਾਸ ਨਹੀਂ ਹੋਣ ਦਿੱਤਾ ਵੀ ਕਿੰਨੇ ਜ਼ਿਆਦਾ ਬਿਮਾਰ ਨੇ, ਨਾ ਮੇਰੇ ਡੈਡੀ ਨੇ ਨਾ ਹੀ ਮੇਰੀ ਮਾਤਾ ਨੇ। ਅਤੇ ਗੋਲਡ ਤਾਂ ਆ ਗਿਆ, ਪਰ ਗੋਲਡ ਮੇਰੀ ਇੱਛਾ ਸੀ ਉਹਨਾਂ ਦੇ ਗਲੇ ਵਿੱਚ ਪਾਵਾਂ, ਪਰ ਇਹ ਸੁਪਨਾ ਅਧੂਰਾ ਰਹਿ ਗਿਆ। ਮੈਂ ਤਾਂ ਮਿਲ ਵੀ ਨਹੀਂ ਸਕਿਆ ਉਹਨਾਂ ਨੂੰ, ਨਾ ਹੀ ਮੇਰੀ ਫੋਨ 'ਤੇ ਗੱਲ ਹੋਈ ਪਿਛਲੇ ਪੰਜ ਮਹੀਨਿਆਂ ਤੋਂ, ਕਿਉਂਕਿ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਸੀ। देखिए ऐसा जी के मुझे बड़ा मान भी महसूस हो रहा है कि मैं एक देश के गौरव तेजिंदर उनके घर में हूँ, और आज इस बात की खुशी है कि सारा देश इस पे गर्व कर रहा है। परंतु जिस बाप ने जन्म दिया वो बाप इस खुशी देखने के लिए आज नहीं है, परंतु जहाँ भी हैं उनकी रूह है वो इनको आशीर्वाद दे रही है। और ये गोल्ड मेडलिस्ट गाँव खोसा में हम इस टाइम खड़े हैं, और ज़िला मोगा की शान है और देश की शान है, और जो भी पंजाब सरकार की तरफ से मैक्सिमम परिवार के भलाई के लिए, इनकी भलाई के लिए होगा वो हम ज़रूर पंजाब सरकार की तरफ से कराएंगे। परसों संस्कार है, परिवार वाले बाहर से भी आ रहे हैं, इकट्ठे होके रस्म अदा होने के बाद तेजिंदर जी से मेरी बात भी हुई है। अभी आज तक ये इंडियन नेवी में ये काम कर रहे हैं, इनकी इच्छा है के पंजाब में सेवा करने की और पंजाब पुलिस में जाने की। इसके बारे में इनकी एग्जैक्ट जो मांग है वो ले ली जाएगी और पंजाब सरकार को दे दी जाएगी, क्योंकि पंजाब सरकार देश के मान और खिलाड़ी का खास तौर के सत्कार करती है, और सरकार की तरफ से मैं इनको भी तेजिंदर को सलाम करता हूँ।